ਪਟਿਆਲਾ ਵਿੱਚ ਚੱਲ ਰਹੀ 66ਵੀਂ 올 ਇੰਡੀਆ ਅੰਤਰ ਰੇਲਵੇ ਪੁਰਸ਼ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਰਾਜ ਖੇਡਗੀ ਕੁਆਟਰਫਾਈਨਲ ਮੈਚ ਵਿੱਚ ਉਤਰੀ ਰੇਲਵੇ ਨੇ ਉਤਰੀ ਪੂਰਬੀ ਰੇਲਵੇ ਨੂੰ ਹਰਾਇਆ ਦੂਜੇ ਕੁਆਟਰਫਾਈਨਲ ਮੈਚ ਵਿੱਚ ਦੱਖਣ ਪੱਛਮੀ ਰੇਲਵੇ ਨੇ ਈਸਟ ਕੋਸਟ ਰੇਲਵੇ ਨੂੰ 8 ਵਿਕਟਾਂ ਨਾਲ ਸ਼ਿਕਸਤ ਦਿੱਤੀ ਪਟਿਆਲਾ ਲੋਕੋਮੋਟਿਵ ਵਰਕਸ ਵੱਲੋਂ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਪੀਐਲਡਬਲਯੂ ਦੇ ਪ੍ਰਮੁੱਖ ਮੁੱਖ ਪ੍ਰਬੰਧਕੀ ਅਫਸਰ ਪ੍ਰਮੋਦ ਕੁਮਾਰ ਵੱਲੋਂ ਕੀਤਾ ਗਿਆ ਸੀ